ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਵੇਖਦੇ ਪਏ ਹੋ ਪਾਕ ਪਤਨ ਕਾ ਉਸ ਤੇ ਮੈਂ ਤੁਹਾਡਾ ਦੋਸਤ ਅਹਿਮਦ ਫਰਾਸ। ਦੋਸਤੋ, ਸਭ ਤੋਂ ਪਹਿਲੇ ਰਿਕੁਐਸਟ ਹੈ ਕਿ ਆਪਣੇ ਚੈਨਲ ਨੂੰ ਕਰੋ ਲਾਈਕ ਤੇ ਸਬਸਕ੍ਰਾਈਬ ਤੇ ਨਾਲ ਲੱਗੀ ਘੰਟੀ ਦੇ ਬਟਨ ਦਬਾਓ ਤਾਂ ਕਿ ਆਪਣੀ ਹਰ ਆਉਣ ਵਾਲੀ ਵੀਡੀਓ ਮੇਰੇ ਬਰਾਵੀਰ ਮੇਰੇ ਸਬਸਕ੍ਰਾਈਬਰ ਜਿੱਥੇ ਵਸਣ ਖੁਸ਼ ਵਸਣ ਔਰ ਮੇਰੀ ਵੀਡੀਓ ਦੇਖਦੇ ਰਹਿਣ। ਦੋਸਤੋ, ਆਪਣੇ ਚੈਨਲ ਹੈ, ਆਪਣੇ ਜਾਨਵਰ ਹਨ, ਕਿਸੇ ਦੀ ਵੀਡੀਓ ਨਹੀਂ ਲਗਾਈਦੀ, ਆਪਣੇ ਹੇਕ ਹੀ ਲੋਕੇਸ਼ਨ ਹੈ ਸ਼ੁਰੂ ਤੋਂ ਐਂਡ ਤੱਕ, ਖੁਦ ਤਸੱਲੀ ਕਰਕੇ ਆਪਣੇ ਚੈਨਲ ਦੀ ਵੀਡੀਓ ਲਗਾਈਦੀ। ਚੈਨਲ ਮੈਂ ਆਪਣੇ ਭਰਾਵਾਂ ਵਾਸਤੇ ਬਣਾਇਆ। ਇੱਕ ਨੰਬਰ ਕੰਮ, ਪਾਕ ਪਤਨ ਕਾ ਉਸ 'ਤੇ ਕੋਈ ਧੋਖਾ ਫਰਾਡ ਕਤਨ ਕਤਨ ਨਹੀਂ ਮਿਲੇਗਾ, ਇਹ ਮੇਰਾ ਵਾਅਦਾ ਭਰਾਵਾਂ ਨਾਲ। ਮੌਜੂਦਾ ਪਤਾ, ਅੱਡਾ ਬੁੰਗਾ ਹਯਾਤ, ਤਹਿਸੀਲੋ ਜ਼ਿਲ੍ਹਾ ਪਾਕ ਪਤਨ ਸ਼ਰੀਫ, ਮੋਬਾਈਲ ਨੰਬਰ ਹੈ ਸਾਡਾ 0300 87 54 743, ਵਟਸਐਪ ਨੰਬਰ ਵੀ ਇਹੀ ਹੈ ਜੀ, ਲੋਕਲ ਨੰਬਰ ਵੀ ਇਹੀ ਹੈ। ਕਿਸੇ ਬਰਾਬੀਰ ਨੂੰ ਸਾਫ਼ ਸੁਥਰੀ ਗਾਏ ਚਾਹੀਦੀ ਹੋਵੇ ਬਾਅਦ ਮਾਤ ਭਰੋਸੇ ਨਾਲ ਔਰ ਗਰੰਟੀ ਨਾਲ ਪਰਚੇਸ ਕਰ ਸਕਦਾ ਹੈ। ਜਿਸ ਤਰ੍ਹਾਂ ਇਹ ਚੈੱਕ ਕਰੋ, ਜੋੜਾ ਮੁੱਲ ਬੜਾ ਥੋੜਾ ਯੂਟਿਊਬ 'ਤੇ ਕੱਲ੍ਹ ਹੀ ਲਗਾਇਆ ਹੈ, ਬਰਾਵਾਂ ਦੇਖਾ ਹੋਣਾ, ਅਲੱਹਦਾ ਅਲੱਹਦਾ ਸੇਲ ਹੋਈਆਂ ਮਾਸ਼ਾਅੱਲਾ, ਇੱਕ ਜਗ੍ਹਾ 'ਤੇ ਸੇਲ ਨਹੀਂ ਹੋਈਆਂ। ਇਹ ਮਾਸ਼ਾਅੱਲਾ ਰਾਣਾ ਮਸੂਮ ASI ਅਲੀਟ ਫੋਰਸ CTD ਬਹਾਵਲ ਨਗਰ CTD ਵਿੱਚ ਮਾਸ਼ਾਅੱਲਾ ਆਫਿਸਰ ਹਨ ASI ਰਾਣਾ ਮਸੂਮ ਸਾਹਿਬ। ਅਗਰ ਰਾਣਾ ਮਸੂਮ ਸਾਹਿਬ ਮੈਨੂੰ ਸੁਣ ਰਹੇ ਹਨ, ਸਾਡੇ ਮਹਾਫਿਜ਼ ਹਨ ਅਲੀਟ ਫੋਰਸ ਵਿੱਚ, ਸਾਡਾ ਖਸੂਸੀ ਸਲਾਮ, ਇਤਮਾਦ ਕੀਤਾ, ਭਰੋਸਾ ਕੀਤਾ, ਔਨਲਾਈਨ ਪੇਮੈਂਟ ਸੈਂਡ ਕੀਤੀ, ਮਾਸ਼ਾਅੱਲਾ ਪਰਚੇਜ਼ ਕੀਤੀ। ਅੱਲਾਹ ਤਾਲਾ ਰਾਣਾ ਸਾਹਿਬ ਦੇ ਨਸੀਬ ਕਰੇ, ਬਹੁਤ ਅੱਛੇ ਭਾਈ ਹਨ, ਜਿੰਨਾ ਕਹਿ ਲਓ ਉਨਾ ਹੀ ਜ਼ਿਆਦਾ ਭਾਈ ਅੱਛੇ ਹਨ। ਇਸ ਤੋਂ ਇਲਾਵਾ ਦੂਸਰੀ ਮਾਸ਼ਾਅੱਲਾ ਖੜੀ ਮੇਰਾ ਪਿਆਰਾ ਸਬਸਕ੍ਰਾਈਬਰ ਮੁਹੰਮਦ ਖਾਲਦ, ਓਵਰਸੀਜ਼ ਪਾਕਿਸਤਾਨੀ ਸਾਊਦੀ ਅਰਬ ਵਿੱਚ ਬੈਠਾ ਹੈ, ਔਰ ਸ਼ੇਖੂਪੁਰਾ ਮੇਨ ਸਿਟੀ ਸ਼ਹਿਰ ਜਾ ਰਹੀ ਸਾਊਦੀ ਅਰਬ ਵਿੱਚ ਬਹਿ ਕੇ ਮੇਰੇ 'ਤੇ ਇਤਮਾਦ ਕੀਤਾ, ਭਰੋਸਾ ਕੀਤਾ, ਔਰ ਉਹਦੀ ਵੀ ਔਨਲਾਈਨ ਪੇਮੈਂਟ ਮੇਰੇ ਲਈ ਆਈ। ਅਗਰ ਭਾਈ ਖਾਲਦ ਸਾਹਿਬ ਮੈਨੂੰ ਸੁਣ ਰਹੀ ਹੈ, ਮੇਰਾ ਉਹਨੂੰ ਵੀ ਖੁਸੂਸੀ ਸਲਾਮ, ਸਾਊਦੀ ਅਰਬ ਵਿੱਚ ਬਹਿ ਕੇ ਇਤਮਾਦ ਕੀਤਾ, ਪੇਮੈਂਟ ਔਨਲਾਈਨ ਸੈਂਡ ਕੀਤੀ, ਉਹ ਮਾਸ਼ਾਅੱਲਾ ਸ਼ੇਖੂਪੁਰਾ ਜਾ ਰਹੀ, ਇਹ ਬਹਾਵਲ ਨਗਰ ਜਾ ਰਹੀ, ਅਲੱਹਦਾ ਅਲੱਹਦਾ ਸੇਲ ਹੋਈਆਂ। ਇਸ ਤੋਂ ਇਲਾਵਾ ਜਿਹੜੇ ਕੱਲ੍ਹ ਆਈਆਂ ਬਰਾ ਰਹਿ ਗਏ, ਮਾਜ਼ਰਤ ਚਾਹੁੰਦਾ, ਮਜ਼ੀਦ ਜਾਨਵਰਾਂ ਜਾ ਜਾਣਗੇ, ਬਰਾਵਾਂ ਨੂੰ ਇਨਸ਼ਾਅੱਲਾ ਕੱਲ੍ਹ ਵੀਡੀਓ ਲਗਾ ਦਿਆਂਗਾ, ਠੀਕ ਹੈ। ਕੈਮਰਾਮੈਨ ਸਾਹਿਬ, ਅਰ ਦੋ ਡਾਲੇ ਅਲੱਹਦਾ ਅਲੱਹਦਾ ਲੱਗ ਚੁੱਕੇ ਨੇ, ਇਹ ਲੋਡ ਕਰਨਾ, ਤੁਹਾਨੂੰ ਮੈਂ ਦੱਸ ਦੇਣਾ ਕਿਹੜੀ ਗੱਡੀ ਹੈ, ਗੱਡੀ ਗਲਤ ਚੇਂਜ ਨਹੀਂ ਕਰਨਾ। ਇਹ ਜਿਹੜਾ ਇਹ ਤੁਸੀਂ ਭੇਜੋ ਪਾਵਲ ਨਗਰ, ਐਂਡ ਵਾਲੀ ਭੇਜੋ ਤੁਸੀਂ ਸ਼ੇਖੂਪੁਰਾ, ਕਰੋ ਬਿਸਮਿਲ। ਲੈ ਚਲੋ ਜੀ, ਇੱਕ ਬਹਾਵਲ ਨਗਰ ਸ਼ਹਿਰ, ਦੂਸਰੀ ਸ਼ੇਖੂਪੁਰਾ ਸ਼ਹਿਰ, ਅਲੱਹਦਾ ਅਲੱਹਦਾ ਸੇਲ ਹੋਈਆਂ ਮਾਸ਼ਾਅੱਲਾ। ਇੱਕ ਸਾਡੇ ਮਹਾਫਜ਼ ਰਾਣਾ ਮਸੂਮ ਅਲੀਟ ਫੋਰਸ ASI CTD ਬਹਾਵਲ ਨਗਰ, ਇਹ ਉੱਧਰ ਜਾਏਗੀ, ਅਤੇ ਜਿਹੜੀ ਮਾਸ਼ਾਅੱਲਾ ਇਹ ਦੂਸਰੀ ਹੈ ਸ਼ੇਖੂਪੁਰਾ ਮੇਨ ਸਿਟੀ ਜਾਏਗੀ, ਮੇਰਾ ਪੱਕਾ ਸਬਸਕ੍ਰਾਈਬਰ ਭਾਈ ਮੁਹੰਮਦ ਖਾਲਦ, ਸਾਊਦੀ ਅਰਬ ਓਵਰਸੀਜ਼ ਪਾਕਿਸਤਾਨੀ। ਲੈ ਚਲੋ ਜੀ, ਮਾਸ਼ਾਅੱਲਾ ਜੋੜਾ ਅਤੇ ਮੁੱਲ ਬੜਾ ਥੋੜਾ, ਪਿਆਰ ਮੁਹੱਬਤ ਦੋਵਾਂ ਨਾਲ ਬਹੁਤ ਜ਼ਿਆਦਾ ਕੀਤਾ ਹੈ, ਹਾਲਾਂਕਿ ਥੋੜ੍ਹਾ ਬਹੁਤ ਕਰਨਾ ਸੀ ਲੇਕਿਨ ਮੈਂ ਕੀਤਾ, ਤਾਂ ਕਿ ਅਲੱਹਦਾ ਅਲੱਹਦਾ ਸੇਲ ਹੋਈਆਂ, ਕੋਈ ਬਰਾਵੀਰ ਮੇਰੇ 'ਤੇ ਗਿਲਾ ਸ਼ਿਕਵਾ ਨਾ ਕਰੇ, ਮਾਸ਼ਾਅੱਲਾ ਤੋਹਫੇ। ਲੈ ਚਲੋ ਜੀ, ਲੈ ਚਲੋ, ਮਾਸ਼ਾਅੱਲਾ ਖੂਬਸੂਰਤ ਜਾਨਵਰ ਦੋਵੇਂ, ਡੱਬੀਆਂ ਗੋਨੀਆਂ, ਅੱਲਾਹ ਤਾਲਾ ਮਾਲਕਾਂ ਦੇ ਨਸੀਬ ਕਰੇ, ਜੋੜਾ ਲਗਾਇਆ ਸੀ ਅਤੇ ਜੋੜਾ ਹੀ ਮਾਸ਼ਾਅੱਲਾ ਅੱਲਾਹ ਦੇ ਕਰਮੋ ਫਜ਼ਲ ਨਾਲ ਸੇਲ ਹੋ ਗਿਆ। ਮਜ਼ੀਦ ਕਿਸੇ ਭਰਾ ਨੂੰ ਸਾਫ਼ ਸੁਥਰਾ ਜਾਨਵਰ ਚਾਹੀਦਾ ਹੋਵੇ ਬਾ ਇਤਮਾਦ, ਭਰੋਸੇ ਨਾਲ, ਗਰੰਟੀ ਨਾਲ ਪਾਕ ਪਤਨ ਕਾ ਉਸ 'ਤੇ ਮਿਲੇਗਾ।
ਲੈ ਚਲੋ ਜੀ, ਲੈ ਚਲੋ ਮਾਸ਼ਾਅੱਲਾ, ਖੂਬਸੂਰਤ ਤੋਹਫੇ ਚੁਆਈ ਕਰਕੇ ਦੋਨਵਾਂ ਦੀ ਲੋਡਿੰਗ ਕੀਤੀ ਹੈ ਤਾਂ ਕਿ ਸਫ਼ਰ ਕਰਨਾ ਹੈ, ਇੱਕ ਨੇ ਸ਼ੇਖੂਪੁਰਾ ਜਾਣਾ, ਦੂਸਰੀ ਨੇ ਬਹਾਵਲ ਨਗਰ ਸ਼ਹਿਰ ਜਾਣਾ, ਸਫ਼ਰ ਦੋਨਵਾਂ ਦਾ ਜ਼ਿਆਦਾ ਹੈ ਔਰ ਮਾਸ਼ਾਅੱਲਾ ਚੁਆਈ ਕਰਕੇ ਲੋਡਿੰਗ ਕੀਤੀ। ਮੈਂ ਹਰ ਜਾਨਵਰ ਦੀ ਚੁਆਈ ਕਰਕੇ ਲੋਡਿੰਗ ਕਰਨਾ, ਖੂਬਸੂਰਤ ਮਾਸ਼ਾਅੱਲਾ। ਜਿਹੜੇ ਭਰਾਵਾਂ ਦੀ ਕਾਲਾਂ ਆਈਆਂ ਰਹਿ ਗਏ ਉਹਨਾਂ ਅੱਗੇ ਮਾਜ਼ਰਤ, ਮਜ਼ੀਦ ਜਾਨਵਰ ਭਰਾਵਾਂ ਦਿਆਂਗਾ, ਜਾਨਵਰਾਂ ਦੀ ਟੈਨਸ਼ਨ ਨਹੀਂ ਲੈਣੀ, ਜਾਨਵਰ ਤੁਹਾਡੇ ਫਰਾ ਫਰਾਜ਼ ਬਹੁਤ ਅੱਛੇ 'ਚ ਕੱਢ ਕੇ ਲਿਆਉਂਦਾ ਔਰ ਗਰੰਟੀ ਵਾਲੇ। ਲੈ ਚਲੋ ਜੀ, ਲੈ ਚਲੋ। ਲਓ ਜੀ ਦੋਸਤੋ, ਦੋ ਗੱਡੀਆਂ ਲੱਗ ਚੁੱਕੀਆਂ, ਚੈੱਕ ਕਰੋ, ਦੋ ਗੱਡੀਆਂ ਕੈਮਰੇ ਦੇ ਸਾਹਮਣੇ ਹਨ। ਕਰ ਦਿਓ ਲੋਡ, ਲੈ ਦਾ ਲੈ ਦਾ ਕਰ ਦਿਓ। ਦੋ ਗੱਡੀਆਂ ਲੱਗ ਚੁੱਕੀਆਂ, ਇਹ ਬੇਲੀ ਜਾਏਗਾ ਸ਼ੇਖੂਪੁਰਾ। ਡਰਾਈਵਰ ਸਾਹਿਬ ਕੀ ਹਾਲ ਹੈ, ਠੀਕ ਹੋ? ਲਓ ਜੀ ਗੱਡੀ ਨੰਬਰ ਚੈੱਕ ਕਰਾ ਦੇਵਾਂ, MNT 2012 ਲੋਡ ਹੋ ਗਈ। ਲਓ ਜੀ ਉਹ ਅਗਲੀ ਜੀ ਲੋਡ ਕਰੋ, ਬਾਵਲ ਨਗਰ ਜਾਣੀ। ਲਓ ਜੀ ਦੋਸਤੋ, ਇਹ ਬਾਵਲ ਨਗਰ ਜਾਏਗੀ, ਇਹ ਡਰਾਈਵਰ ਸਾਹਿਬ ਹਨ। ਇਹ ਗੱਡੀ ਨੰਬਰ ਚੈੱਕ ਕਰਾ ਦੇਵਾਂ ਭਰਾਵਾਂ ਨੂੰ। ਲਓ ਜੀ FDQ 9615। ਲਓ ਜੀ ਦੋਸਤੋ, ਦੋਨੋਂ ਜਾਨਵਰ ਮਾਸ਼ਾਅੱਲਾ ਹੋ ਗਏ ਲੋਡ। ਕਿਸੇ ਭਰਾ ਵੀਰ ਮਜ਼ੀਦ ਜਾਨਵਰ ਚਾਹੀਦਾ ਹੋਵੇ, ਬਾਇਤਮਾਦ ਭਰੋਸੇ ਨਾਲ ਔਰ ਗਰੰਟੀ ਨਾਲ ਪਰਚੇਜ਼ ਕਰ ਸਕਦਾ। ਇੱਕ ਨੰਬਰ ਪਾਕ ਪਤਨ ਕਾਉਸ ਚੈਨਲ ਹੈ ਮਾਸ਼ਾਅੱਲਾ, ਸਾਫ਼ ਸੁਥਰੇ ਜਾਨਵਰ ਮਿਲਣਗੇ ਕਿਸੇ ਭਰਾ ਵੀਰ ਨੂੰ, ਪਹਿਲਨ ਐਂਡ ਦੂਜਨ ਸਾਫ਼ ਸੁਥਰੀ ਗਾਇ ਚਾਹੀਦੀ ਹੋਵੇ, ਬਾਇਤਮਾਦ ਭਰੋਸੇ ਨਾਲ ਪਰਚੇਜ਼ ਕਰ ਸਕਦਾ ਹੈ। ਇਨਸ਼ਾਅੱਲਾ ਦੋਸਤੋ, ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਆਪਣੇ ਫਰਾਜ਼ ਦੋਸਤ ਨੂੰ ਦਿਓ ਇਜਾਜ਼ਤ, ਅੱਲਾ ਨਿਗਹਬਾਨ।